ਇਹਨਾਂ 'ਤੇ ਫਾਇਰ ਕਰਕੇ ਅਤੇ ਕੈਸ਼ ਜਿਹੜਾ ਕੋਈ ਕਰੀਬ 70,000 ਰੁਪਈਆ ਇਹਦੀ ਲੁੱਟ ਗਈ। ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਣ ਦੇ ਸੀ? ਉਹ ਇੱਕ ਹਰਦੀਪ ਸਿੰਘ ਆ, ਇੱਕ ਸੁਰਿੰਦਰ ਸਿੰਘ। ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ? ਇੱਕ ਗੋਲੀ ਜਿਹੜੀ ਆ ਉਹ ਲੱਗੀ ਸ਼ੋ ਹੋਈ ਆ, ਉਸ ਤੋਂ ਬਾਅਦ 'ਚ ਜਿਹੜਾ ਆਮ ਪਬਲਿਕ ਇੱਥੇ ਇਕੱਠੀ ਹੋਈ ਆ, ਉਹ ਫਾਇਰ ਤੋਂ ਬਾਅਦ ਇਹਨਾਂ ਕਹਿੰਦੇ ਕਿ ਸਾਡਾ ਜਿਹੜਾ ਬੈਕ ਆ ਛੀਨ ਕੇ ਲੈ ਗਿਆ। ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂ 'ਚ ਨਾਕਾ ਲੱਗਾ ਹੁੰਦਾ ਹੈ, ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਖਲੋਤੀ ਹੁੰਦੀ ਹੈ? ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ, ਆਪਾਂ ਪੂਰੀ ਸਖਤੀ ਕਰਦੇ ਹਾਂ, ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਉਹਨਾਂ 'ਤੇ ਸਖਤੀ ਦੇ ਨਾਲ ਜਿਹੜਾ ਨਿਪਟਿਆ ਜਾਵੇ। ਪਰਚਾ ਦਰਜ ਕਰ ਰਹੇ? ਪਰਚਾ ਦਰਜ ਕਰ ਰਹੇ। ਨਾਮ ਦੱਸ ਦਿਓ ਇੱਕ ਵਾਰੀ ਜੀ ਬੰਦੇ ਦਾ। ਇਹ ਸੁਰਿੰਦਰ ਸਿੰਘ ਆ ਅਤੇ ਦੂਜੇ ਦਾ ਨਾਂ ਹਰਦੀਪ ਸਿੰਘ, ਜਿਹੜੇ ਕੈਸ਼ ਦੀ ਰਿਕਵਰੀ ਕਰ ਰਹੇ ਸੀ।